ਸਾਡੇ ਦੋ ਭਾਈਚਾਰੇ 'ਚੋਂ ਆਪਣੇ ਬੱਕਰੀ ਪਾਲਕ ਵੀਰ ਦੋ ਕੇਸ ਲਾਸਟ ਵੀਕ ਪਿਛਲੇ ਹਫ਼ਤੇ ਉਹਨਾਂ ਦੇ ਪਾਸ ਹੋਏ ਨੇ, ਸਵਾ ਸਵਾ ਕਰੋੜ ਦੇ ਲੋਨ ਉਹਨਾਂ ਦੇ ਹੋਏ ਨੇ, ਜਦ ਉਹਨਾਂ 'ਚੋਂ 50-50 ਲੱਖ ਰੁਪਇਆ ਦੋਨਾਂ ਨੂੰ ਸਬਸਿਡੀ ਮਿਲ ਲੋਨ ਮਿਲਦੇ ਨਹੀਂ, ਪੰਜਾਬ ਨਾਲ ਵਿਤਕਰਾ ਹੁੰਦਾ, ਪੰਜਾਬ 'ਚ ਆਹ ਨਹੀਂ ਹੋ ਰਿਹਾ, ਪੰਜਾਬ 'ਚ ਉਹ ਨਹੀਂ ਹੋ ਰਿਹਾ, ਸਾਰੀਆਂ ਗੱਲਾਂ ਨੂੰ ਝੂਠੀਆਂ ਇੱਕ ਪਾਸੇ ਰੱਖ ਕੇ ਮੈਂ ਤੁਹਾਨੂੰ ਅਸਲੀਅਤ ਦੱਸਣ ਲੱਗਿਆ। ਜਿਹੜੀ NLM ਨੈਸ਼ਨਲ ਲਾਈਫ ਸਟੋਕ ਦੀ ਮਿਸ਼ਨ ਦੀ ਜੋ ਸਕੀਮ ਹੈਗੀ ਆ ਉਹ ਸੈਂਟਰ ਗੌਰਮੈਂਟ ਦੀ ਹੈਗੀ ਆ। ਡਾਟਾ ਜੋ ਸੀ ਸਾਨੂੰ ਮਿਲਿਆ ਹੈਗਾ ਉਸ ਦੇ ਮੁਤਾਬਕ ਗੱਲ ਕਰ ਰਹੇ ਹਾਂ। ਜਿਹੜੇ ਲੋਕ ਰੌਲਾ ਪਾਉਂਦੇ ਸੀਗੇ ਵੀ ਲੋਨ ਨਹੀਂ ਮਿਲਦੇ, ਲੋਨ ਨਹੀਂ ਮਿਲਦੇ, ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ, ਸਾਤੋਂ ਆ ਕੇ ਉਹਨਾਂ ਦਾ ਡਾਟਾ ਲੈ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਨੀ ਕੰਗ ਕੰਗ ਗੋਟ ਫਾਰਮ ਤੋਂ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋ ਰਿਹਾ। ਅੱਜ ਆਪਾਂ NLM ਦੇ ਲੋਨ ਬਾਰੇ ਬੋਲਾਂਗੇ, ਦੱਸਾਂਗੇ, ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕੀ ਚੱਲ ਰਿਹਾ, ਉਹਦੀ ਬੈਕਗਰਾਊਂਡ 'ਤੇ ਅਸੀਂ ਕੀ ਕੰਮ ਕੀਤੇ ਨੇ ਅਤੇ ਉਹਦੇ ਕੀ ਰਿਜ਼ਲਟ ਆ ਰਹੇ ਨੇ ਜਾਂ ਕੀ ਰਿਜ਼ਲਟ ਆਏ ਹੈਗੇ ਨੇ। ਤੁਸੀਂ ਬਾਸੀ ਸਾਹਿਬ ਨੂੰ ਤਾਂ NLM ਬਾਰੇ ਬੋਲਦੇ ਬਹੁਤ ਵਾਰੀ ਸੁਣਿਆ ਹੋਊਗਾ, ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਜੋ ਰਿਐਲਿਟੀ ਹੈਗੀ ਆ। ਕੋਈ ਕੁਛ ਗੱਲਾਂ ਕਰੀ ਚੱਲੇ, ਲੋਨ ਮਿਲਦੇ ਨਹੀਂ, ਪੰਜਾਬ ਨਾਲ ਵਿਤਕਰਾ ਹੁੰਦਾ, ਪੰਜਾਬ 'ਚ ਆਹ ਨਹੀਂ ਹੋ ਰਿਹਾ, ਪੰਜਾਬ 'ਚ ਉਹ ਨਹੀਂ ਹੋ ਰਿਹਾ, ਸਾਰੀਆਂ ਗੱਲਾਂ ਨੂੰ ਝੂਠੀਆਂ ਇੱਕ ਪਾਸੇ ਰੱਖ ਕੇ ਮੈਂ ਤੁਹਾਨੂੰ ਅਸਲੀਅਤ ਦੱਸਣ ਲੱਗਿਆ। ਜਿਹੜੀ NLM ਨੈਸ਼ਨਲ ਲਾਈਫ ਸਟੋਕ ਦੀ ਮਿਸ਼ਨ ਦੀ ਜੋ ਸਕੀਮ ਹੈਗੀ ਆ ਉਹ ਸੈਂਟਰ ਗੌਰਮੈਂਟ ਦੀ ਹੈਗੀ ਆ। ਕੁਛ ਲੋਕਾਂ ਨੇ ਬਹੁਤ ਰੌਲਾ ਪਾਇਆ ਪਿੱਛੇ ਕਿ NLM 'ਚ ਲੋਨ ਨਹੀਂ ਮਿਲਦੇ ਜੀ, ਪੰਜਾਬ ਨੂੰ ਲੋਨ ਨਹੀਂ ਮਿਲਦੇ, ਪੰਜਾਬ ਨਾਲ ਵਿਤਕਰਾ ਹੋ ਰਿਹਾ, ਵੀ ਪੰਜਾਬ 'ਚ ਤਾਂ ਕੋਈ ਕੇਸ ਹੋਇਆ ਹੀ ਨਹੀਂਗਾ। ਅੱਜ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ ਸਾਇੰਟੀਫਿਕ ਟਰੁੱਥ ਦੱਸ ਰਿਹਾ, ਬਿਲਕੁਲ ਡਾਟਾ ਜੋ ਸੀ ਸਾਨੂੰ ਮਿਲਿਆ ਹੈਗਾ ਉਸ ਦੇ ਮੁਤਾਬਕ ਗੱਲ ਕਰ ਰਹੇ ਹਾਂ। ਸਾਡੇ ਦੋ ਦੋਸਤ, ਸਾਡੇ ਦੋ ਭਾਈਚਾਰੇ 'ਚੋਂ ਆਪਣੇ ਬੱਕਰੀ ਪਾਲਕ ਵੀਰ ਦੋ ਕੇਸ ਲਾਸਟ ਵੀਕ ਪਿਛਲੇ ਹਫ਼ਤੇ ਉਹਨਾਂ ਦੇ ਪਾਸ ਹੋਏ ਨੇ, ਸਵਾ ਸਵਾ ਕਰੋੜ ਦੇ ਲੋਨ ਉਹਨਾਂ ਦੇ ਹੋਏ ਨੇ, ਜਦ ਉਹਨਾਂ 'ਚੋਂ 50-50 ਲੱਖ ਰੁਪਇਆ ਦੋਨਾਂ ਨੂੰ ਸਬਸਿਡੀ ਮਿਲੀ ਹੈ। 50 ਲੱਖ ਰੁਪਈਆ ਸਬਸਿਡੀ ਇੱਕ ਬੱਕਰੀ ਪਾਲਕ ਵੀਰ ਨੂੰ ਮਿਲਣੀ ਕਿੱਡੀ ਵੱਡੀ ਮਾਲੀ ਸਹਾਇਤਾ ਜੋ ਸੈਂਟਰ ਗੌਰਮੈਂਟ ਵੱਲੋਂ ਮਿਲੀ ਆ ਉਹਨਾਂ ਨੂੰ। ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਸਾਡੇ ਨਾਲ ਪੂਰਾ ਰਾਫਤਾ ਉਹਨਾਂ ਦਾ, ਅਸੀਂ ਉਹਨਾਂ ਦੀ ਹੈਲਪ ਕੀਤੀ ਹੈ, ਉਹਨਾਂ ਨੇ ਆਪਣੀ ਮਿਹਨਤ ਕੀਤੀ ਹੈ, ਡਾਕੂਮੈਂਟ ਪੂਰੇ ਕੀਤੇ ਨੇ, ਢੰਗ ਨਾਲ ਫਾਈਲਾਂ ਲਾਈਆਂ ਨੇ, ਤਾਂ ਉਹਨਾਂ ਨੇ ਲੋਨ ਪਾਸ ਹੋਏ ਨੇ। ਜਿਹੜੇ ਲੋਕ ਰੌਲਾ ਪਾਉਂਦੇ ਸੀਗੇ ਵੀ ਲੋਨ ਨਹੀਂ ਮਿਲਦੇ, ਲੋਨ ਨਹੀਂ ਮਿਲਦੇ, ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ, ਸਾਤੋਂ ਆ ਕੇ ਉਹਨਾਂ ਦਾ ਡਾਟਾ ਲੈ ਸਕਦੇ ਨੇ। ਅਸੀਂ ਪਬਲਿਕ 'ਚ ਨਹੀਂ ਕਰ ਸਕਦੇ ਕਿਉਂਕਿ ਬਹੁਤ ਪ੍ਰਾਈਵੇਸੀ ਹੁੰਦੀ ਹੈ ਬੱਕਰੀ ਉਸ ਬੱਕਰੀ ਪਾਲਕ ਵੀਰ ਦੀ ਵੀ, ਸਾਡੇ ਲਈ ਵੀ ਅਸੀਂ ਕਿਸੇ ਦਾ ਬਿਨਾਂ ਪੁੱਛੇ ਡਾਟਾ ਸ਼ੇਅਰ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਦੇ ਉੱਤੇ। ਪਰ ਹਾਂ, ਤੁਸੀਂ ਮੈਨੂੰ ਕਹੋ ਕੰਗ ਗੋਟ ਫਾਰਮ 'ਤੇ ਆਓ, ਚਾਹ ਦਾ ਕੱਪ ਪੀਓ, ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸਾਂਗੇ, ਤੁਹਾਨੂੰ ਉਹਦੀ ਗੱਲ ਵੀ ਕਰਾਵਾਂਗੇ ਕਿ ਇਹਨਾਂ ਬੰਦਿਆਂ ਦੇ ਲੋਨ ਹੋਏ ਨੇ, 1.25 ਕਰੋੜ ਦਾ ਟੋਟਲ ਪ੍ਰੋਜੈਕਟ ਬਣਿਆ ਉਹਨਾਂ ਦਾ, ਜਿਹਨਾਂ 'ਚੋਂ 50 ਲੱਖ ਉਹਨਾਂ ਨੂੰ ਸਬਸਿਡੀ ਮਿਲਣੀ ਹੈ। ਬਿਲਕੁਲ ਓਕੇ ਹੋ ਗਿਆ, ਥਰੂ ਹੋ ਗਿਆ, ਦਿੱਲੀ ਤੋਂ ਆ ਜਾਣਾ ਅਤੇ ਅਗਲੇ ਹਫ਼ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਅਕਾਊਂਟ 'ਚ ਆ ਜਾਣੇ ਨੇ। ਬਹੁਤ ਵੱਡੀ ਗੱਲ ਹੈ ਜੀ, ਅੱਜ ਜੇ ਟ੍ਰੈਂਡ ਸ਼ੁਰੂ ਹੋਇਆ ਪੰਜਾਬ 'ਚ ਇਹ ਕੰਗ ਗੋਟ ਫਾਰਮ ਦਾ, ਵੀ ਇਹਦੇ ਵਿੱਚ ਕੋਈ ਨਾ ਕੋਈ ਤਰ੍ਹਾਂ ਕਿਤੇ ਹੱਥ ਹੈਗਾ, ਲੋਕਾਂ ਨੂੰ ਜਾਗਰਤ ਕਰਨ ਦਾ ਤੁਸੀਂ ਲਾ ਲਓ ਜਾਂ ਉਹਨਾਂ ਦੀ ਮਦਦ ਕਰਨ ਦਾ, ਬਿਨਾਂ ਕਿਸੇ ਆਪਣੇ ਪਰਸਨਲ ਇੰਟਰਸਟ ਤੋਂ, ਬਿਨਾਂ ਕਿਸੇ ਪੈਸੇ ਟਕੇ ਤੋਂ, ਬਿਨਾਂ ਕਿਸੇ ਹੋਰ ਗੱਲਬਾਤ ਤੋਂ, ਸਿਰਫ ਉਹਨਾਂ ਨੂੰ ਗਾਈਡ ਕੀਤਾ ਅਸੀਂ ਵੀ ਕਿਵੇਂ ਤੁਹਾਡਾ ਕੰਮ ਹੋ ਸਕਦਾ, ਸਿਰਫ ਉਹਨਾਂ ਨੂੰ ਨੌਲੇਜ ਦਿੱਤੀ ਹੈ, ਐਜੂਕੇਸ਼ਨ ਦਿੱਤੀ ਹੈ ਕਿ ਕਿਵੇਂ ਫਾਈਲ ਤਿਆਰ ਕਰਨੀ ਹੈ, ਕਿਵੇਂ ਲਾਉਣੀ ਹੈ, ਕਿਹੜੇ ਵੈਬਸਾਈਟ 'ਤੇ ਲਾਉਣੀ ਹੈ, ਕੀ ਤੁਹਾਨੂੰ ਚਾਹੀਦਾ। ਅੱਜ ਉਹ ਸਕਸੈਸਫੁਲ ਹੋ ਗਏ, ਸਾਡੇ ਲਈ ਬੜੇ ਮਾਣ ਦੀ ਗੱਲ ਹੈ, ਤੁਹਾਡੇ ਲਈ ਬੜੇ ਮਾਣ ਦੀ ਗੱਲ ਹੈ, ਮੈਂ ਤੁਹਾਨੂੰ ਕਹੂੰਗਾ ਤੁਹਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਆਪਣੀ ਸਾਰਿਆਂ ਦੋਨਾਂ ਆਪਣੇ ਸਾਰੇ ਬੱਕਰੀ ਪਾਲਕ ਵੀਰਾਂ ਦੀ ਮਿਹਨਤ ਕੰਮ ਆਈ ਹੈ। ਅੱਜ 50-50 ਲੱਖ ਦੀਆਂ ਸਬਸਿਡੀਆਂ ਸਾਡੇ ਬੱਕਰੀ ਪਾਲਕ ਵੀਰ ਲੈ ਰਹੇ ਨੇ, ਹੋਰ ਇਸ ਤੋਂ ਬਾਅਦ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ। ਹੋ ਸਕਦਾ ਹੈ
ਜਿਹੜੀ ਆਪਣੀ ਜਨਵਰੀ ਦੀ ਅਗਲੀ ਟ੍ਰੇਨਿੰਗ ਆਉਣੀ ਹੈ ਨਵੇਂ ਸਾਲ ਦੇ ਵਿੱਚ, ਅਸੀਂ ਉਹਨੂੰ ਆਪਣੀ ਟ੍ਰੇਨਿੰਗ 'ਤੇ ਬੁਲਾ ਕੇ ਤੁਹਾਡੇ ਰੂਬਰੂ ਖੜ੍ਹਾ ਕਰ ਦਈਏ, ਤੁਹਾਡੇ ਸਾਹਮਣੇ ਖੜ੍ਹੇ ਕਰ ਦਈਏ ਕਿ ਆਹ ਪੁੱਛੋ ਜੀ, ਆਹ ਬੰਦੇ ਖੜ੍ਹੇ ਨੇ ਜਿਹੜੇ ਇਹਨਾਂ ਨੂੰ ਲੋਨ ਮਿਲੇ ਨੇ, ਜਿਹਨਾਂ ਨੂੰ ਸਬਸਿਡੀਆਂ ਮਿਲੀਆਂ, ਤਾਂ ਕਿ ਉਹ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਦੇ ਨਾਲ ਉਹਨਾਂ ਨੂੰ ਕੀ ਕੀ ਦਿੱਕਤਾਂ ਆਈਆਂ, ਕਿਹੜੇ ਕਿਹੜੇ ਉਹਨਾਂ ਡਾਕੂਮੈਂਟ ਲਾਏ, ਉਹ ਸਾਰੇ ਆਪਣੇ ਮੂੰਹੋਂ ਦੱਸਣ ਤੁਹਾਨੂੰ। ਫਿਰ ਤੁਹਾਨੂੰ ਜ਼ਿਆਦਾ ਮਜ਼ਾ ਆਊਗਾ ਸਿੱਖਣ ਦਾ, ਜ਼ਿਆਦਾ ਮਜ਼ਾ ਆਊਗਾ ਸੁਣਨ ਦਾ। ਸਤਿ ਸ਼੍ਰੀ ਅਕਾਲ ਜੀ।